ਗੁੱਡ ਈਵਨਿੰਗ ਆਲ ਆਫ ਯੂ, ਗੁੱਡ ਈਵਨਿੰਗ ਸਾਰੇ ਪਿਆਰੇ ਪਿਆਰੇ ਵਿਦਿਆਰਥੀਆਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਕਰਮ ਪਥ ਦੇ ਉੱਪਰ ਲਗਾਤਾਰ ਅਣਥੱਕ ਮਿਹਨਤ ਕਰ ਰਹੇ ਹੋਵੋਗੇ ਤੇ ਆਪਾਂ ਰੁਕਣਾ ਨਹੀਂ ਹੈ, ਝੁਕਣਾ ਨਹੀਂ ਹੈ, ਉਦੋਂ ਤੱਕ ਮਿਹਨਤ ਕਰਨੀ ਹੈ ਜਦੋਂ ਤੱਕ ਆਪਣੀ ਮੰਜ਼ਿਲ ਨੂੰ ਪਾ ਨਹੀਂ ਲੈਂਦੇ। ਜਿਸ ਤਰ੍ਹਾਂ ਰਾਜੇ ਆਪਾਂ NCERT ਦੇ ਵਿੱਚ 15 MCQ ਸੈਸ਼ਨ ਲਗਾ ਕੇ 6ਵੀਂ ਤੋਂ 10th ਤੱਕ ਆਪਾਂ ਕੰਪਲੀਟ ਕੀਤਾ ਤੇ ਵਨ ਲਾਈਨਰ ਜੋ ਆਪਣੀ ਸੀਰੀਜ਼ ਚੱਲ ਰਹੀ ਹੈ, ਉਸੇ ਪ੍ਰਕਾਰ ਫਸਟ ਟਾਈਮ ਮੈਂ ਤੁਹਾਡੇ ਸਾਹਮਣੇ ਜੀਓਗ੍ਰਾਫੀ ਦਾ ਸੈਸ਼ਨ ਲੈ ਕੇ ਰੂਬਰੂ ਹੋਇਆ। ਇਹਦੇ ਵਿੱਚ ਆਪਾਂ ਸਭ ਤੋਂ ਪਹਿਲੀ ਵਾਰ ਅੱਜ ਡਿਸਕਸ਼ਨ ਕਰਾਂਗੇ। 2023 ਦੇ ਵਿੱਚ ਦੋ ਇਗਜ਼ਾਮ ਹੋਏ ਸੀ, 12 ਮਾਰਚ ਐਂਡ 30 ਅਪ੍ਰੈਲ ਨੂੰ 12 ਮਾਰਚ ਵਾਲਾ ਪੇਪਰ ਕੈਂਸਲ ਹੋਇਆ ਸੀਗਾ। ਜਿਸ ਤਰ੍ਹਾਂ ਮੈਂ ਪੋਲੀਟੀ NCERT ਤੁਹਾਨੂੰ ਪੜ੍ਹਾਈ ਤੇ ਉਹਦੇ ਵਿੱਚ ਜਦੋਂ ਆਪਾਂ ਕੁਐਸਚਨ ਡਿਸਕਸ਼ਨ ਕਰਦੇ ਸੀ, ਇੱਕ ਇੱਕ MCQ ਦਾ ਦੱਸਿਆ ਜਾਂਦਾ ਸੀ ਵੀ ਕਿਹੜੀ ਕਲਾਸ ਤੋਂ ਇਹ ਕੁਐਸਚਨ ਪੁੱਛਿਆ ਗਿਆ ਜਾਂ ਕਿਹੜੇ ਇਗਜ਼ਾਮ ਦੇ ਵਿੱਚ ਆਇਆ, ਉਸੇ ਤਰ੍ਹਾਂ ਆਪਾਂ ਜਿਹੜੀ ਹੈ ਜੀਓਗ੍ਰਾਫੀ ਦਾ ਜਿਹੜਾ ਸੈਸ਼ਨ ਹੈ ਇਹਨੂੰ ਅੱਗੇ ਵਧਾਵਾਂਗੇ। ਤੁਹਾਡੇ ਸੰਯੋਗ ਅਤੇ ਪਿਆਰ ਦੇ ਸਦਕਾ ਇੱਕ ਵਾਰ ਸਾਰੇ ਬੱਚੇ ਜਿਹੜਾ ਕਲਾਸ ਦਾ ਲਿੰਕ ਹੈ ਵੱਧ ਤੋਂ ਵੱਧ ਪਲੀਜ਼ ਆਪਣੇ ਬਾਕੀ ਸਾਥੀਆਂ ਨਾਲ ਸ਼ੇਅਰ ਕਰ ਦਿਓ। ਬਹੁਤ ਅੱਜ ਜਿਹੜੀ ਸ਼ੁਰੂਆਤ ਹੈ ਅੱਜ ਤੋਂ ਆਪਣੇ ਜੀਓਗ੍ਰਾਫੀ MCQ ਸੀਰੀਜ਼ ਦੀ ਹੋਗੀ, ਜਿਹਦੇ ਵਿੱਚ ਆਪਾਂ ਪਹਿਲਾ ਪੇਪਰ ਜੋ 2 ਕੈਂਸਲ ਹੋਏ ਸੀ ਉਹਨੂੰ ਲੈ ਕੇ ਆਏ ਹਾਂ ਤੇ ਫਿਰ ਰਾਜੇ ਆਪਾਂ ਜਿਹੜਾ ਇਹਦੇ ਵਿੱਚ ਸੈਸ਼ਨ ਨੰਬਰ 1 ਤੋਂ ਲੈ ਕੇ 1 ਦਸੰਬਰ ਤੱਕ ਕੋਈ ਛੁੱਟੀ ਨਹੀਂ ਹੋਏਗੀ, ਕੰਟੀਨਿਊ ਆਪਣੇ 30 ਸੈਸ਼ਨ ਚੱਲਣਗੇ। ਇਸ 30 ਸੈਸ਼ਨ ਦੇ ਵਿੱਚ ਮੈਂ 30 ਸੈਸ਼ਨਾਂ ਦੇ ਵਿੱਚ ਤੁਹਾਨੂੰ ਰਾਜੇ ਜਿਹੜਾ ਆਪਣਾ ਡੇਲੀ ਦੇ 30 ਕੁਐਸਚਨ ਡਿਸਕਸ਼ਨ ਕਰਾਂਗੇ ਤੇ 6th ਕਲਾਸ ਤੋਂ ਲੈ ਕੇ 10th ਕਲਾਸ ਦੀ NCERT ਜੋ ਫੁੱਲ ਰਿਵੀਜ਼ਨ SCERT ਪਲੱਸ NCERT ਦੀ ਟੌਪਿਕ ਵਾਈਜ਼ ਤੇ ਕਿਹੜੇ PSTAT ਦੇ ਵਿੱਚ ਕਿਹੜੀ ਕਲਾਸ ਤੋਂ ਕਦੋਂ ਕੁਐਸਚਨ ਆਇਆ ਸੀਗਾ। ਜਿਵੇਂ ਪੋਲਟੀ ਤੁਹਾਨੂੰ ਰਾਜੇ ਤੁਸੀਂ ਖੁਦ ਕਿਹਾ ਕਿ ਸਾਡੇ 10th 8th ਤੱਕ ਹੈ ਜਿਹੜੀ ਸਰ ਹਰ ਯਾਦ ਪੁਆਇੰਟ ਯਾਦ ਹੋ ਗਿਆ, ਉਸੇ ਤਰ੍ਹਾਂ ਜੀਓਗ੍ਰਾਫੀ ਦਾ ਹੋਊਗਾ। ਪਿਆਰੇ ਬੱਚੋ, ਸੰਯੋਗ ਬਣਾ ਕੇ ਰੱਖਿਆ, ਜੇ ਤੁਸੀਂ ਹੋ ਤਾਂ ਅਸੀਂ ਹਾਂ, ਜੇ ਤੁਸੀਂ ਨਹੀਂ ਹੋ ਤਾਂ ਅਸੀਂ ਕੁਛ ਨਹੀਂ ਹਾਂ। ਇਹ ਤੁਹਾਡਾ ਪਿਆਰ ਹੀ ਹੈ ਜੋ ਇੰਨਾ ਮੋਟੀਵੇਟ ਕਰਦਾ ਹੈ ਹਰ ਕਲਾਸ ਹਰ ਸੈਸ਼ਨ ਦੇ ਲਈ। ਓਕੇ ਡੀਅਰ, ਤਾਂ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋ। ਐਂਡ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਮੈਂ ਵਾਰ ਵਾਰ ਨਹੀਂ ਕਹੂੰਗਾ, ਕਲਾਸ ਦਾ ਜਿਹੜਾ ਲਿੰਕ ਹੈ ਵੱਧ ਤੋਂ ਵੱਧ ਆਪਣੇ ਸਾਥੀਆਂ ਤੱਕ ਸ਼ੇਅਰ ਕਰ ਦਿਓ ਐਂਡ ਲਾਈਕ ਕਰ ਦਿਓ। ਫਿਰ ਆਪਾਂ ਮੂਵ ਕਰਦੇ ਹਾਂ ਫਸਟ ਕੁਐਸਚਨ ਦੀ ਤਰਫ। ਓਕੇ ਰਾਜੇ, ਚਲੋ ਜੀ, ਜਿਹੜਾ ਆਪਣੀ ਜੀਓਗ੍ਰਾਫੀ ਸੀਗੀ ਉਹ ਕਿੰਨੇ ਨੰਬਰ ਦੀ ਆਈ? 15 ਨੰਬਰ ਦੀ ਆਈ ਸੀ। ਇਹਦੇ ਵਿੱਚ ਫਸਟ ਕੁਐਸਚਨ ਦੇਖਣਾ ਰਾਜੇ ਕਿ ਉੱਤਰੀ ਗੋਲਾਰਧ ਵਿੱਚ ਕਰਕ ਰੇਖਾ ਅਤੇ ਆਰਕਟਿਕ ਸਰਕਲ ਨਾਲ ਘਿਰੇ ਖੇਤਰ ਅਤੇ ਦੱਖਣੀ ਗੋਲਾਰਧ ਵਿੱਚ ਮਕਰ ਰੇਖਾ ਅਤੇ ਆਰਕਟਿਕ ਖੇਤਰ ਨਾਲ ਘਿਰੇ ਖੇਤਰਾਂ ਨੂੰ ਕੀ ਕਿਹਾ ਜਾਂਦਾ ਹੈ? ਰਾਜੇ ਦੇਖੋ, ਆਹ ਆਪਾਂ 6th ਕਲਾਸ ਦੀ NCERT ਚੈਪਟਰ ਨੰਬਰ 4 ਦੇ ਵਿੱਚ ਧਰਤੀ ਦੇ ਭਾਗ ਟੌਪਿਕ ਦੇ ਵਿੱਚ ਸਮਝਿਆ ਸੀ ਕਿ ਆਹ ਖੇਤਰ ਕਿਹੜਾ ਹੈ ਜਿਹੜਾ 23.5 ਡਿਗਰੀ ਕਰਕ ਰੇਖਾ ਤੱਕ ਤੇ ਉਸ ਤੋਂ ਬਾਅਦ 23.5 ਡਿਗਰੀ ਆਪਣੇ ਮਕਰ ਰੇਖਾ ਤੱਕ, ਆ ਇਕਵੇਟਰ 0 ਡਿਗਰੀ ਭੂਮਧ ਰੇਖਾ, ਉਸ ਤੋਂ ਬਾਅਦ ਰਾਜੇ ਆਰਕਟਿਕ ਰੇਖਾ ਤੇ ਅੰਟਾਰਕਟਿਕ ਰੇਖਾ। ਤੁਹਾਨੂੰ ਇਹਨੇ ਕੁਐਸਚਨ ਦੇ ਵਿੱਚ ਪੁੱਛਿਆ ਇਹ ਵਾਲਾ ਖੇਤਰ ਰਾਜੇ ਇਹਨੂੰ ਕੀ ਕਿਹਾ ਜਾਂਦਾ ਹੈ? ਰਾਜੇ ਦੱਸੋ ਜੀ, ਟੋਰਿਡ ਜ਼ੋਨ, ਠੰਡਾ ਜ਼ੋਨ, ਪ੍ਰਾਈਮ ਮੈਡਰੀਅਨ ਜ਼ੋਨ ਜਾਂ ਟੈਂਪੋਰੇਟ ਜ਼ੋਨ, ਦੱਸੋ ਰਾਜੇ। ਬਿਲਕੁਲ ਜੀ, ਇਹਦਾ ਰਾਈਟ ਆਨਸਰ ਕਰੋ ਪਲੀਜ਼ ਬੱਚੇ। ਵੈਰੀ ਗੁੱਡ, ਸ਼ਾਬਾਸ਼ ਬੱਚੇ, ਸਭੀ ਨੇ ਲਾਈਕ ਕਰ ਦਿਆ ਔਰ ਸ਼ੇਅਰ ਕਰ ਦਿਆ, ਦਿਲ ਤੋਂ ਸਲੂਟ ਹੈ ਰਾਜੇ ਤੁਹਾਨੂੰ, ਤੇ ਦਿਲ ਤੋਂ ਤੁਹਾਨੂੰ ਸਲੂਟ ਹੈ। ਚਲੋ ਜੀ, ਬਿਲਕੁਲ ਸਹੀ ਰਾਜੇ। ਦੇਖੋ ਜੀ, ਜਿਹੜਾ ਪਹਿਲਾ ਹੈ ਰਾਜੇ ਇਹਨੂੰ ਆਪਾਂ ਕਹਿੰਦੇ ਹਾਂ ਉਸ਼ਣ ਕਟਿਬੰਧੀ ਖੇਤਰ। ਰਾਜੇ ਇਹਦੇ ਵਿੱਚ ਉਸ਼ਣ ਕਟਿਬੰਧੀ ਪੌਦੇ ਪਾਏ ਜਾਂਦੇ ਹੈ। ਓਕੇ, ਉਸ਼ਣ ਕਟਿਬੰਧੀ
ਜਿਹੜੇ ਸਦਾ ਬਹਾਰ ਵਣ ਪਾਏ ਜਾਂਦੇ ਆ। ਇਸ ਜਿਹੜਾ ਇਹ ਭੂਮਧ ਰੇਖਾ ਦਾ ਖੇਤਰ ਹੈ ਰਾਜੇ, ਇੱਥੇ ਹਮੇਸ਼ਾ ਵਰਖਾ ਹੁੰਦੀ ਰਹਿੰਦੀ ਆ। ਆ ਸਾਰੀ ਚੀਜ਼ ਆਪਾਂ ਡਿਸਕਸ਼ਨ ਕੀਤੀ ਸੀ। ਇਹ ਕੁਐਸਚਨ 6ਵੀਂ ਕਲਾਸ ਦੀ NCERT ਜੋਗ੍ਰਾਫੀ ਦੇ ਵਿੱਚੋਂ ਚੈਪਟਰ ਨੰਬਰ 4 ਹੈ ਰਾਜੇ, ਉਹਦੇ ਵਿੱਚੋਂ ਆਇਆ ਹੈ। ਓਕੇ ਰਾਜੇ, ਤੇ ਆਹ ਏਰੀਆ ਆਪਾਂ ਪੁੱਛਿਆ ਸੀ ਰਾਜੇ, ਆਹ ਜਿਵੇਂ ਆਪਣੇ ਕੋਲ ਉਸ਼ਣ, ਉਸ ਤੋਂ ਬਾਅਦ ਉਪੋਸ਼ਣ ਜਿਹੜਾ ਖੇਤਰ ਹੈ ਜਿਹਨੂੰ ਆਪਾਂ ਟੈਂਪੋਰੇਟ ਜ਼ੋਨ ਕਹਿੰਦੇ ਹਾਂ। ਡੀ ਆਪਸ਼ਨ ਤੁਹਾਡਾ ਬਿਲਕੁਲ ਕਰੈਕਟ ਆਂਸਰ ਹੈ ਬੱਚੇ, ਡੀ ਆਪਸ਼ਨ ਬਿਲਕੁਲ ਕਰੈਕਟ ਆਂਸਰ ਹੈ। ਚਲੋ ਜੀ, ਸੈਕਿੰਡ ਕੁਐਸਚਨ ਵੱਲ ਵਧਦੇ ਹਾਂ। ਵਾਤਾਵਰਨ ਦਾ ਅਬਿਓਟਿਕ ਕੰਪੋਨੈਂਟ ਕੀ ਹਵਾਲਾ ਦਿੰਦਾ ਹੈ ਰਾਜੇ, ਇਹਦਾ ਆਂਸਰ ਕਰੋ। ਦਾ ਵਰਲਡ ਆਫ ਨੋਨ ਲਿਵਿੰਗ ਐਲੀਮੈਂਟਸ, ਦਾ ਵਰਲਡ ਆਫ ਲਿਵਿੰਗ ਔਰਗੈਨਸ, ਦਾ ਵਰਲਡ ਆਫ ਬੋਥ ਲਿਵਿੰਗ ਐਂਡ ਏ ਨੋਨ ਲਿਵਿੰਗ ਐਲੀਮੈਂਟ, ਦ ਵਰਲਡ ਆਫ ਦ ਪਲਾਂਟ ਐਂਡ ਐਨੀਮਲ ਟੂਗੈਦਰ, ਪੌਦਿਆਂ ਤੇ ਜਾਨਵਰਾਂ ਦਾ ਇਕੱਠ ਸੰਚਾਰ, ਨਿਰਜੀਵ ਤੱਤਾਂ ਦਾ ਸੰਚਾਰ, ਜੀਵਾਂ ਤੱਤਾਂ ਦਾ ਸੰਚਾਰ, ਜੀਵਿਤ ਅਤੇ ਨਿਰਜੀਵ ਤੱਤਾਂ ਦਾ ਸੰਚਾਰ। ਇਹ ਵੀ ਦੱਸਦਾ ਰਾਜੇ, 7th ਕਲਾਸ ਦੀ NCERT ਚੈਪਟਰ ਨੰਬਰ 1 ਦੇ ਵਿੱਚ, ਰਾਜੇ ਇਨਵਾਇਰਮੈਂਟ ਟੌਪਿਕ ਹੈ। ਇਨਵਾਇਰਮੈਂਟ ਟੌਪਿਕ ਦੇ ਪੇਜ ਨੰਬਰ 7 ਦੇ ਉੱਪਰ ਰਾਜੇ ਜਾ ਕੇ ਤੁਸੀਂ ਆਹ ਲਾਈਨਾਂ ਪੜ੍ਹ ਲਿਓ, ਹੂਬ ਹੂ ਇਸ ਤਰ੍ਹਾਂ ਇਹ ਲਾਈਨਾਂ ਲਿਖੀਆਂ ਹੋਈਆਂ ਨੇ। ਕਰੋ ਇਹਦਾ ਆਂਸਰ ਕਰੋ ਸਾਰੇ ਬੱਚੇ। ਵੈਰੀ ਗੁੱਡ, ਸ਼ਾਬਾਸ਼ ਰਾਜੇ, ਸ਼ਾਬਾਸ਼ ਬੱਚੇ, ਕਰੋ ਪਲੀਜ਼ ਸਾਰੇ ਬੱਚੇ ਇਹਦਾ ਆਂਸਰ ਕਰੋ ਰਾਜੇ। ਹਾਂਜੀ, ਵੈਰੀ ਗੁੱਡ, ਸ਼ਾਬਾਸ਼ ਬੱਚੇ, ਸ਼ਾਬਾਸ਼ ਬੱਚੇ, ਲਗਭਗ ਸਾਰੇ ਬੱਚਿਆਂ ਦਾ ਆਂਸਰ ਬਿਲਕੁਲ ਕਰੈਕਟ ਹੈ ਰਾਜੇ। 2 ਦਾ ਏ ਬਿਲਕੁਲ ਸਹੀ ਆਂਸਰ ਹੈ ਰਾਜੇ, ਏ ਆਪਸ਼ਨ ਬਿਲਕੁਲ ਰਾਈਟ ਹੈ ਡੀਅਰ ਸਟੂਡੈਂਟ, ਏ ਆਪਸ਼ਨ ਤੁਹਾਡਾ ਬਿਲਕੁਲ ਸਹੀ ਆਂਸਰ ਹੈ। ਚਲੋ ਜੀ, ਕੁਐਸਚਨ ਨੰਬਰ 3 ਵੱਲ। ਕਿਹੜੇ ਖੇਤਰ ਜੰਗਲ ਚਰਾਉਣ ਲਈ ਅਤੇ ਘਾਹ ਦੇ ਮੈਦਾਨ ਖੇਤੀਬਾੜੀ ਲਈ, ਦੇਖੋ ਵਾਤਾਵਰਨ ਦਾ ਕਿਹੜਾ ਖੇਤਰ ਜੰਗਲ ਚਰਾਉਣ ਲਈ, ਘਾਹ ਦੇ ਮੈਦਾਨ ਖੇਤੀਬਾੜੀ ਲਈ, ਜ਼ਮੀਨ ਅਤੇ ਮਨੁੱਖੀ ਵਸੋਂ ਪ੍ਰਦਾਨ ਕਰਦਾ ਹੈ। ਦੇਖੋ ਰਾਜੇ, ਹੁਣ ਇਹ ਕਿਹੜਾ ਖੇਤਰ ਆ, ਆਟਮੋਸਫੇਅਰ, ਲੀਥੋਸਫੇਅਰ, ਹਾਈਡਰੋਸਫੇਅਰ, ਬਾਇਓਸਫੇਅਰ। ਆਟਮੋਸਫੇਅਰ ਵਾਯੂਮੰਡਲ, ਲੀਥੋਸਫੇਅਰ ਹਾਈਡਰੋਸਫੇਅਰ ਜਲਮੰਡਲ। ਦੱਸੋ ਰਾਜੇ ਕਿਹੜਾ ਜੀ ਕਿੱਥੇ ਹੈ ਜਿੱਥੇ ਹੁਣ ਘਾਹ ਦੇ ਮੈਦਾਨ ਹੋਣਗੇ। ਹੁਣ ਰਾਜੇ ਇਹ ਥੋੜਾ ਸੋਚ ਸਮਝ ਕੇ ਇਹਦਾ ਆਂਸਰ ਕਰਿਆ ਜੇ, ਵੈਰੀ ਗੁੱਡ ਸ਼ਾਬਾਸ਼। ਬਾਇਓਸਫੇਅਰ ਉਹ ਹੁੰਦਾ ਰਾਜੇ ਜਿੱਥੇ ਤਿੰਨੋਂ ਮੰਡਲ ਪਾਏ ਜਾਂਦੇ ਹੈ, ਜਿੱਥੇ ਜਲ, ਸਥਲ, ਵਾਯੂ ਤਿੰਨੋਂ ਮੰਡਲਾਂ ਦਾ ਮਿਲਨ ਹੁੰਦਾ ਹੈ, ਉਹਨੂੰ ਆਪਾਂ ਬਾਇਓਸਫੇਅਰ ਕਹਿੰਦੇ ਹਾਂ। ਓਕੇ, ਜਿਹੜਾ ਆਪਣਾ ਵਾਟਰ ਸਾਈਕਲ ਹੈ, ਉਹ ਵਾਟਰ ਸਾਈਕਲ ਵੀ ਕਿਸ ਤਰ੍ਹਾਂ ਕੰਮ ਕਰਦਾ ਹੈ, ਉਹ ਵਾਟਰ ਸਾਈਕਲ ਦੇਖੋ ਰਾਜੇ, ਸਥਲ ਮੰਡਲ ਤੋਂ ਆਪਣੇ ਜਿਹੜਾ ਜਲ ਮੰਡਲ ਹੈ, ਜਲ ਮੰਡਲ ਤੋਂ ਰਾਜੇ ਵਾਯੂ ਮੰਡਲ ਤੋਂ ਫਿਰ ਜਿਹੜਾ ਜਲ ਹੈ ਵਰਖਾ ਦੇ ਰੂਪ ਵਿੱਚ ਕਿੱਥੇ ਆਉਂਦਾ ਹੈ, ਵਰਖਾ ਦੇ ਰੂਪ ਵਿੱਚ ਆਪਣੇ ਕੋਲ ਰਾਜੇ ਸਥਲ ਮੰਡਲ ਤੇ ਆਉਂਦਾ ਹੈ। ਸਥਲ ਮੰਡਲ ਤੋਂ ਫਿਰ ਪਾਣੀ ਦੇ ਵੱਖ ਵੱਖ ਸਰੋਤਾਂ ਵਿੱਚ, ਨਦੀਆਂ, ਦਰਿਆਵਾਂ ਰਾਹੀਂ ਮਹਾਸਾਗਰਾਂ ਵਿੱਚ ਪਹੁੰਚਦਾ ਹੈ। ਇਹ ਰਾਜੇ ਵਾਟਰ ਦਾ ਸਾਈਕਲ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ। ਇਸੇ ਪ੍ਰਕਾਰ ਰਾਜੇ ਏਅਰ ਦਾ ਸਾਈਕਲ ਵੀ ਆਪਾਂ ਪੜਿਆ ਸੀ, ਚੱਲਦਾ ਰਹਿੰਦਾ ਹੈ। 3 ਨੰਬਰ ਕੁਐਸਚਨ ਦਾ ਸਾਰੇ ਬੱਚੇ ਆਂਸਰ ਦਿਓ, ਸ਼ਾਬਾਸ਼। ਦੇਖੋ ਰਾਜੇ, ਹੁਣ ਘਾਹ ਦੇ ਮੈਦਾਨ ਕਿੱਥੇ ਹੋਣਗੇ, ਲੀਥੋਸਫੇਅਰ ਸਥਲ ਮੰਡਲ ਤੇ ਹੋਣਗੇ ਨਾ। ਸ਼ਾਬਾਸ਼ ਬੱਚੇ, ਵੈਰੀ ਗੁੱਡ, ਸ਼ਾਬਾਸ਼। ਬੀ ਆਪਸ਼ਨ ਤੁਹਾਡਾ ਬਿਲਕੁਲ ਸਹੀ ਹੈ ਰਾਜੇ। ਆਹ ਜਿਹੜਾ ਜੰਗਲਾਂ ਵਾਲਾ, ਆਪਾਂ 7 ਦੀ NCERT ਦੇ ਵਿੱਚ, 7 ਦੀ NCERT ਵਿੱਚ ਚੈਪਟਰ ਨੰਬਰ ਰਾਜੇ ਆਪਾਂ 8th ਦੇ ਵਿੱਚ ਪੜਿਆ ਸੀਗਾ, ਜਿਹਦੇ ਵਿੱਚ ਆਪਾਂ ਰੇਨ ਫੋਰੈਸਟ ਦੇ ਬਾਰੇ ਤੇ ਇਹਨਾਂ ਸਾਰਿਆਂ ਦੇ ਬਾਰੇ ਗੱਲ ਕੀਤੀ ਸੀ ਰਾਜੇ। PSTET ਦਾ ਰੈਪਿਡ ਬੈਚ 17 ਅਕਤੂਬਰ 2024 ਦਾ ਸ਼ੁਰੂ ਹੋਇਆ, ਤੇ PSTET 2024 ਜਿਹੜਾ ਅਚੀਵਰ ਬੈਚ ਹੈ, ਉਹ ਰਿਕਾਰਡਿਡ ਕਲਾਸਿਸ ਹੈ ETT ਔਰ BEd ਦੇ ਲਈ ਰਾਜੇ। ਜਿਨ੍ਹਾਂ ਨੇ ਤਿਆਰੀ ਨਹੀਂ ਕੀਤੀ ਹੈ ਬੈਚ ਨੂੰ ਜੁਆਇਨ ਕਰਕੇ ਦੇਖੋ। ਜ਼ਮੀਨ ਦੇ ਹੇਠਾਂ ਕਿਸ ਕਿਸਮ ਦੀ ਸੜਕ ਬਣਾਈ ਜਾਂਦੀ ਹੈ,
ਰਾਜੇ ਯਾਦ ਕਰੋ ਸੱਤਵੀਂ ਕਲਾਸ ਦੇ ਵਿੱਚ ਚੈਪਟਰ ਨੰਬਰ 7 ਦੇ ਵਿੱਚ ਮੈਂ ਤੁਹਾਨੂੰ ਟਰਾਂਸਪੋਰਟ ਪੜਾਇਆ ਸੀ। ਟਰਾਂਸਪੋਰਟ ਕਿੰਨੇ ਪ੍ਰਕਾਰ ਦਾ ਹੈ ਸਰ? ਟਰਾਂਸਪੋਰਟ 4 ਪ੍ਰਕਾਰ ਦਾ ਹੈ, ਜਿਹਦੇ ਵਿੱਚ ਪਹਿਲੇ ਨੰਬਰ ਤੇ ਸਰ ਰੋਡ, ਦੂਜੇ ਨੰਬਰ ਤੇ ਸਰ ਰੇਲਵੇ, ਤੀਜੇ ਨੰਬਰ ਤੇ ਆਪਣੇ ਕੋਲੇ ਆ ਗਿਆ ਸਰ ਨਾਵ, ਓਕੇ ਰਾਜੇ, ਤੇ 4 ਨੰਬਰ ਤੇ ਆਪਣੇ ਕੋਲੇ ਆ ਗਿਆ ਰਾਜੇ ਏਅਰ, ਓਕੇ ਜਲ ਆ ਗਿਆ, ਉਸ ਤੋਂ ਬਾਅਦ ਏਅਰ ਹਵਾਈ ਆ ਗਿਆ, ਇਹ 4 ਹੈ। ਤੇ ਰਾਜੇ ਇਹਨੂੰ ਆਪਾਂ ਕੀ ਕਹਿੰਦੇ ਸੀ? ਫਲਾਈ ਓਵਰ, ਐਕਸਪ੍ਰੈਸ ਵੇ, ਨੈਸ਼ਨਲ ਹਾਈਵੇ, ਸਬ ਵੇ। ਕਰੋ ਆਨਸਰ ਕਰੋ ਰਾਜੇ, ਇਹ 7th ਕਲਾਸ ਦੇ 7th ਚੈਪਟਰ ਦੇ ਵਿੱਚ ਪੜਿਆ ਸੀ। ਪੀਐਸ ਟੈਟ ਵਾਲੇ ਬੱਚੋ ਯਾਦ ਕਰਨਾ ਇਸ ਕੁਐਸਚਨ ਨੂੰ, ਡੀਅਰ ਸਟੂਡੈਂਟ ਯਾਦ ਕਰਨਾ। ਹਾਂਜੀ ਬਿਲਕੁਲ ਰਾਈਟ ਆਨਸਰ ਹੈ ਬੱਚੇ, ਸ਼ਾਬਾਸ਼, ਵੈਰੀ ਗੁੱਡ। ਕੀ ਆਨਸਰ ਆਏਗਾ? ਸੀ ਆਪਸ਼ਨ, ਸਬ ਵੇ। ਸਬ ਵੇ ਰਾਜੇ ਕੀ ਹੁੰਦਾ? ਜੋ ਭੂਮੀਗਤ ਸੜਕਾਂ ਬਣਾਈਆਂ ਜਾਂਦੀਆਂ ਹਨ, ਜੋ ਜ਼ਮੀਨ ਦੇ ਅੰਦਰ ਸੜਕਾਂ ਬਣਾਈਆਂ ਜਾਂਦੀਆਂ ਹਨ, ਉਹਨੂੰ ਰਾਜੇ ਸਬ ਵੇ ਦੇ ਨਾਮ ਨਾਲ ਜਾਣਦੇ ਹੈ। ਕਿਹੜੇ ਨਾਮ ਨਾਲ? ਸਬ ਵੇ ਦੇ ਨਾਮ ਨਾਲ। ਰਾਜੇ ਐਕਸਪ੍ਰੈਸ ਕੀ ਹੈ? ਭਾਰਤ ਦਾ ਸੜਕ ਨਿਰਮਾਣ ਦੇ ਲਈ ਇੱਕ ਨਵੀਨਤਮ ਪ੍ਰਯਾਸ ਹੈ, ਉਹਨੂੰ ਐਕਸਪ੍ਰੈਸ ਵੇ ਦਾ ਨਾਮ ਦਿੱਤਾ ਗਿਆ ਹੈ। ਕੁਐਸਚਨ ਨੰਬਰ 5, ਦੁਹੇੜ ਦਿੱਤਿਆਂ ਵਿੱਚੋਂ ਕਿਹੜਾ ਦੁਨੀਆ ਦੇ ਸਭ ਤੋਂ ਉੱਚੇ ਸੜਕ ਮਾਰਗਾਂ ਵਿੱਚੋਂ ਇੱਕ ਹੈ? ਰਾਜੇ ਇੱਕੋ ਟੌਪਿਕ ਟਰਾਂਸਪੋਰਟ ਦੇ ਵਿੱਚੋਂ 2 ਕੁਐਸਚਨ ਪੁੱਛ ਲਏ ਗਏ, ਟਰਾਂਸਪੋਰਟ ਟੌਪਿਕ ਹੈ। ਯਾਦ ਕਰੋ ਰਾਜੇ, ਤੁਹਾਨੂੰ ਮੈਂ ਇਹ ਲਿਖਾਇਆ ਸੀ ਵੀ ਕਿਹੜਾ ਜਿਹੜਾ ਸਭ ਤੋਂ ਉੱਚਾ ਜਿਹੜਾ ਲੇਹ ਮਾਰਗ ਬਣਿਆ ਹੋਇਆ ਹੈ, ਮਨਾਲੀ ਲੇਹ ਮਾਰਗ। ਵੈਰੀ ਗੁੱਡ, ਸ਼ਾਬਾਸ਼ ਰਾਜੇ, ਇਹ ਵੀ 7th ਕਲਾਸ ਦੀ NCERT ਵਿੱਚੋਂ ਪੁੱਛਿਆ ਗਿਆ ਕੁਐਸਚਨ ਹੈ ਰਾਜੇ। ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਰਾਜੇ ਕਿ ਆਪਣਾ ਜੋ ਕੱਲ ਤੋਂ MCQ ਜੀ ਸੀਰੀਜ਼ NCERT ਦੀ ਸ਼ੁਰੂ ਹੋ ਰਹੀ ਹੈ ਪਿਆਰੇ ਬੱਚੋ, ਸਾਥ ਬਣਾ ਕੇ ਰੱਖਿਓ, ਵੱਧ ਤੋਂ ਵੱਧ ਕਲਾਸ ਦਾ ਲਿੰਕ ਸ਼ੇਅਰ ਕਰਿਓ, ਲਾਈਕ ਕਰਿਓ। ਤੇ ਆਪਾਂ ਰਾਜੇ 6ਵੀਂ ਤੋਂ ਜਿਹੜਾ 10ਵੀਂ ਤੱਕ ਦਾ ਹੈ, ਇੱਕ ਇੱਕ ਟੌਪਿਕ ਕਲੀਅਰ ਕਰਾਂਗੇ। ਆਪਾਂ ਪੂਰੀ NCERT ਨੂੰ ਧਿਆਨ ਦੇ ਨਾਲ ਪੜਿਆ ਹੈ ਰਾਜੇ, ਇੱਕ ਇੱਕ ਕੁਐਸਚਨ ਤੁਹਾਡਾ ਛੁੱਟੇਗਾ ਨਹੀਂ, ਤੁਹਾਡਾ ਕੋਈ ਕੁਐਸਚਨ ਰਹੇਗਾ ਨਹੀਂ ਰਾਜੇ। ਆਪਾਂ ਦਿਲੋਂ ਮਿਹਨਤ ਤੁਹਾਡੇ ਨਾਲ, ਹਾਂ ਦਿਲੋਂ ਮਿਹਨਤ ਰਾਜੇ, ਜਿਸ ਤਰ੍ਹਾਂ ਦਾ ਤੁਸੀਂ ਪਿਆਰ ਬਖਸ਼ ਰਹੋ। ਵੈਰੀ ਗੁੱਡ, ਸ਼ਾਬਾਸ਼ ਰਾਜੇ, ਮਨਾਲੀ ਲੇਹ ਮਾਰਗ ਹੈ, ਇਹ ਆਪਸ਼ਨ ਤੁਹਾਡਾ ਬਿਲਕੁਲ ਸਹੀ ਆਨਸਰ ਹੈ। ਹਾਂਜੀ ਮਨਾਲੀ ਲੇਹ ਮਾਰਗ ਕੀ ਹੈ? ਦੁਨੀਆ ਦਾ ਸਭ ਤੋਂ ਉੱਚਾ ਸੜਕ ਮਾਰਗ ਹੈ। ਚਲੋ ਜੀ ਕੁਐਸਚਨ ਨੰਬਰ ਦੇਖੋ ਜੀ, 7 ਤਾਰਿਆਂ ਦਾ ਸਮੂਹ ਕਿਹੜਾ ਤਾਰਾ ਮੰਡਲ ਕਮਾਉਂਦਾ ਹੈ? ਰਾਜੇ ਆਪਣਾ ਫਸਟ ਟੌਪਿਕ ਹੈ ਸੋਲਰ ਸਿਸਟਮ। ਕਿਹੜਾ ਸਿਸਟਮ? ਸੋਲਰ ਸਿਸਟਮ। ਤੇ ਮੈਂ ਵਾਰ ਵਾਰ ਬੋਲਿਆ ਕਿ 7 ਤਾਰਿਆਂ ਦਾ ਜਿਹੜਾ ਸਮੂਹ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ? ਰਾਜੇ 7 ਤਾਰਿਆਂ ਦਾ ਜਿਹੜਾ ਸਮੂਹ ਹੈ ਉਹਨੂੰ ਰਾਜੇ 6ਵੀਂ ਕਲਾਸ ਦੀ NCERT ਦੇ ਪਹਿਲੇ ਚੈਪਟਰ ਨੰਬਰ ਇੱਕ ਦੇ ਵਿੱਚ ਰਾਜੇ ਜੋ 7 ਤਾਰਿਆਂ ਦਾ ਸਮੂਹ ਹੈ ਉਹਨੂੰ ਸਪਤ ਰਿਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰਾਜੇ ਜੋ ਉੱਤਰੀ ਧਰੁਵ ਤਾਰਾ ਹੈ ਜਿਹਦੀ ਆਪਾਂ ਮਦਦ ਨਾਲ ਉੱਤਰ ਦਿਸ਼ਾ ਦਾ ਪਤਾ ਲਗਾਉਂਦੇ ਹਾਂ, ਰਾਜੇ ਉਹ ਉੱਤਰੀ ਧਰੁਵ ਤਾਰੇ ਨੂੰ ਸਪਤ ਰਿਸ਼ੀ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ। ਇਹ ਵੀ ਯਾਦ ਰੱਖਿਆ ਜੇ, ਇਸ ਵਾਰ ਪੀਐਸ ਟੈਟ ਦੇ ਵਿੱਚ ਇਹ ਕੁਐਸਚਨ ਛਪ ਸਕਦਾ ਹੈ ਬੱਚੇ। ਆਹ ਦੇਖੋ ਨੈਕਸਟ ਕੁਐਸਚਨ ਰਾਜੇ, ਕਿਸ ਗ੍ਰਹਿ ਨੂੰ ਧਰਤੀ ਦੀ ਜੁੜਵਾਂ ਗ੍ਰਹਿ ਕਿਹਾ ਜਾਂਦਾ ਹੈ? ਰਾਜੇ 6th ਕਲਾਸ ਦੀ NCERT ਚੈਪਟਰ ਨੰਬਰ 1 ਦਾ ਕੁਐਸਚਨ, 6th ਕਲਾਸ ਦੀ NCERT ਚੈਪਟਰ ਨੰਬਰ 1 ਦਾ ਕੁਐਸਚਨ ਹੈ ਰਾਜੇ। ਚੈਪਟਰ ਦਾ ਨਾਮ ਕੀ ਹੈ? ਸੋਲਰ ਸਿਸਟਮ। ਚੈਪਟਰ ਦਾ ਨਾਮ ਕੀ ਹੈ? ਸੋਲਰ ਸਿਸਟਮ।
ਇੱਕੋ ਪੇਪਰ ਦੇ ਵਿੱਚ ਦੋ ਕੁਐਸਚਨ ਰਾਜੇ, ਇੱਕੋ ਪੇਪਰ ਦੇ ਵਿੱਚ ਦੋ ਕੁਐਸਚਨ। ਹਾਂਜੀ, ਤਦ ਤੱਕ ਲੜੇਂਗੇ ਜਦ ਤੱਕ ਹਾਰੇਂਗੇ ਨਹੀਂ, ਰੁਕੇਂਗੇ ਨਹੀਂ, ਥਕੇਂਗੇ ਨਹੀਂ। ਹਾਰਨਾ ਨਹੀਂ ਹੈ, ਆਪਣੀ ਮੰਜ਼ਿਲ ਕੋ ਪਾਣਾ ਹੈ, ਤਬ ਤੱਕ ਰੁਕੇਂਗੇ ਨਹੀਂ, ਲੜੇਂਗੇ ਨਾ ਪਿੱਛੇ ਹਟੇਂਗੇ। ਸ਼ਾਬਾਸ਼ ਬੱਚਿਓ, ਕਿਹੜੇ ਗ੍ਰਹਿ ਨੂੰ ਕਿਹਾ ਜਾਂਦਾ ਰਾਜੇ? ਸ਼ੁੱਕਰ ਗ੍ਰਹਿ ਨੂੰ ਕਿਹਾ ਜਾਂਦਾ ਹੈ, ਵੀਨਸ ਗ੍ਰਹਿ ਨੂੰ ਕਿਹਾ ਜਾਂਦਾ ਹੈ ਰਾਜੇ। ਸਭ ਤੋਂ ਪਹਿਲਾਂ ਕਿਹੜਾ ਹੈ? ਬੁੱਧ, ਜਿਹੜਾ ਸੂਰਜ ਦਾ ਸਭ ਤੋਂ ਪਹਿਲਾਂ ਜਿਹੜਾ ਚੱਕਰ ਲਗਾਉਂਦਾ ਹੈ ਸਭ ਤੋਂ ਘੱਟ ਦਿਨਾਂ ਵਿੱਚ। ਫਿਰ ਰਾਜੇ ਆਪਣੇ ਕੋਲੇ ਸ਼ੁੱਕਰ, ਫਿਰ ਆਪਣੇ ਕੋਲੇ ਧਰਤੀ ਆਉਂਦੀ ਹੈ ਰਾਜੇ। ਜਿਹੜਾ ਇਹਦਾ ਆਕਾਰ ਹੈ ਨਾ, ਉਹ ਕੀ ਹੈ? ਸ਼ੁੱਕਰ ਦਾ ਧਰਤੀ ਜਿਹਾ ਹੈ, ਇਸ ਕਰਕੇ ਸ਼ੁੱਕਰ ਨੂੰ ਧਰਤੀ ਦੀ ਜੁੜਵਾਂ ਕੀ ਕਿਹਾ ਜਾਂਦਾ ਹੈ? ਜੁੜਵਾਂ ਗ੍ਰਹਿ ਮੰਨਿਆ ਜਾਂਦਾ ਹੈ ਰਾਜੇ। ਤੇ ਇਹਨੂੰ ਰਾਜੇ ਕੀ ਹੈ? ਜੁੜਵਾਂ ਗ੍ਰਹਿ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂ ਰਾਜੇ ਇਹਨੂੰ ਕੀ ਹੈ? ਧਰਤੀ ਦੀ ਭੈਣ ਵੀ ਕਿਹਾ ਜਾਂਦਾ ਹੈ। ਓਕੇ ਰਾਜੇ ਜੀ, ਹਾਂ, ਆਕਾਰ, ਰੂਪ ਅਤੇ ਆਕਾਰ। ਪੂਰਨਮਾਸ਼ੀ ਅਤੇ ਨਵੇਂ ਚੰਦਰਮੇ ਦੇ ਦਿਨਾਂ ਦੌਰਾਨ ਸੂਰਜ ਲਾਈਨ ਵਿੱਚ ਹੁੰਦੇ ਹਨ ਅਤੇ ਛੱਲਾਂ ਸਭ ਤੋਂ ਵੱਧ ਹੁੰਦੀਆਂ ਹਨ। ਇਹਨਾਂ ਛੱਲਾਂ ਨੂੰ ਕੀ ਕਹਿੰਦੇ ਆ ਰਾਜੇ? 7th ਕਲਾਸ ਦੀ NCERT ਚ ਮੈਂ ਟੌਪਿਕ ਕਰਾਇਆ ਸੀ ਵਾਟਰ, ਮੈਂ ਟੌਪਿਕ ਕਰਵਾਇਆ ਸੀ ਰਾਜੇ ਤੁਹਾਨੂੰ ਵਾਟਰ। ਬੋਲੋ ਰਾਜੇ, ਸੁਮਨ, ਕੰਬੋਜ, ਬਿੰਦੂ, ਬਾਲਸਾਲ, ਅਰਚਨਾ, ਮਨਜੀਤ ਰਾਣੀ, ਪੀਐਸ ਟੈਟ 1 ਵਾਲੇ ਬੱਚੇ ਵੀ ਜਵਾਬ ਦੇਣ ਤੇ ਰਾਜੇ ਉਹਨੂੰ ਕੀ ਕਿਹਾ ਜਾਂਦਾ ਹੈ? ਸਪਰਿੰਗ ਟਾਈਡ, ਨੀਪ ਟਾਈਡ, ਨੀਵੀਆਂ ਛੱਲਾਂ ਜਾਂ ਆਪਣੇ ਉੱਚੀਆਂ ਛੱਲਾਂ, ਦੱਸੋ ਰਾਜੇ ਕੀ ਕਿਹਾ ਜਾਂਦਾ ਹੈ? ਜਦੋਂ ਰਾਜੇ ਸੂਰਜ, ਜਿਸ ਦਿਨ ਨਵੇਂ ਚੰਦ ਦੇ ਦਿਨਾਂ ਦੌਰਾਨ ਸੂਰਜ ਇੱਕ ਆਪਣੇ ਚੰਦ ਪੂਰਨਮਾਸ਼ੀ ਨੂੰ ਨਵੇਂ ਚੰਦ ਦੇ ਦਿਨਾਂ ਦੌਰਾਨ ਸੂਰਜ ਲਾਈਨ ਵਿੱਚ ਹੁੰਦੇ ਹਨ ਤਾਂ ਸਭ ਤੋਂ ਵੱਧ ਛੱਲਾਂ ਆਉਂਦੀਆਂ ਹਨ, ਇਹਨਾਂ ਛੱਲਾਂ ਨੂੰ ਕੀ ਕਿਹਾ ਜਾਂਦਾ ਹੈ? ਕੁਐਸਚਨ ਨੰਬਰ 8 ਦਾ ਆਨਸਰ ਕਰੋ। ਹਾਂਜੀ ਰਾਜੇ, ਵੈਰੀ ਗੁੱਡ, ਸ਼ਾਬਾਸ਼ ਰਾਜੇ, ਇਹਨੂੰ ਕਿਹਾ ਜਾਂਦਾ ਸਪਰਿੰਗ ਟਾਈਡ। ਵੈਰੀ ਗੁੱਡ, ਸ਼ਾਬਾਸ਼ ਬੱਚੇ। ਦੇਖੋ ਰਾਜੇ, ਚੈਪਟਰ ਦਾ ਨਾਮ ਐਂਡ ਕਲਾਸ ਦਾ ਨਾਮ ਦੇ ਰਿਹਾ, ਨਾਲ ਤੁਸੀਂ ਬੱਚੇ ਇਹਨੂੰ ਸਰਚ ਕਰਕੇ ਵੀ ਦੇਖ ਲੈਣਾ ਰਾਜੇ। ਇਸ ਤਰ੍ਹਾਂ ਆਪਾਂ ਪੋਲੀਟੀ NCERT ਨੂੰ ਖਤਮ ਕੀਤਾ ਸੀਗਾ, ਉਸੇ ਤਰ੍ਹਾਂ ਰਾਜੇ ਆਪਾਂ ਜਿਹੜਾ ਜੋਗਰਾਫੀ ਨੂੰ ਖਤਮ ਕਰਾਂਗੇ। ਸਟ੍ਰੀਮ ਆਫ ਵਾਟਰ ਫਲੋਇੰਗ ਕੌਂਸਟਲੀ ਔਨ ਦਾ ਓਸ਼ਨ ਸਫਰੇਜ ਇਨ ਦਾ ਡਿਫਾਈਨਡ ਡਾਇਰੈਕਸ਼ਨ ਆਰ ਦਾ ਟਰਮ ਏ, ਸਮੁੰਦਰ ਦੀਆਂ ਸਤਾ ਤੇ ਇੱਕ ਨਿਸ਼ਚਿਤ ਦਿਸ਼ਾ ਵਿੱਚ ਲਗਾਤਾਰ ਰਹਿਣ ਵਾਲੀਆਂ ਪਾਣੀ ਦੀ ਧਾਰਾ ਨੂੰ ਕੀ ਕਿਹਾ ਜਾਂਦਾ ਹੈ? ਇੱਕੋ ਟੌਪਿਕ ਰਾਜੇ, ਵਾਟਰ ਟੌਪਿਕ, ਦੋ ਕੁਐਸਚਨ ਉਠਾ ਲਏ ਗਏ ਰਾਜੇ। 7th ਕਲਾਸ ਦੀ NCERT ਟੌਪਿਕ ਦਾ ਨਾਮ ਹੈ ਵਾਟਰ। ਯਾਦ ਕਰੋ ਰਾਜੇ, ਆਹ ਤੁਹਾਨੂੰ ਕੀ ਦੱਸਿਆ ਸੀ ਕਿ ਜਿਹੜੀਆਂ ਸਮੁੰਦਰ ਦੀਆਂ 3 ਗਤੀਆਂ ਹੁੰਦੀਆਂ, ਲਹਿਰਾਂ, ਤਰਾਰਾਂ ਅਤੇ ਜਵਾਰ ਪਾਟਾ। ਜਵਾਰ ਪਾਟਾ ਦੋ ਪ੍ਰਕਾਰ ਦਾ ਹੈ। ਵੱਡਾ ਜਵਾਰ ਪਾਟਾ ਜਦੋਂ ਸੂਰਜ, ਚੰਦਰਮਾ ਤੇ ਧਰਤੀ ਇੱਕੋ ਸੀਧ ਵਿੱਚ ਹੁੰਦੇ ਹਨ ਮੱਸਿਆ ਤੇ ਪੂਰਨਮਾਸ਼ੀ ਨੂੰ ਆਉਂਦਾ ਹੈ। ਛੋਟਾ ਜਵਾਰ ਪਾਟਾ ਰਾਜੇ ਜਦੋਂ ਧਰਤੀ ਅਤੇ ਚੰਦਰਮਾ ਸੂਰਜ ਸਮਕੋਣ ਬਣਾਉਂਦੇ ਹਨ ਉਦੋਂ ਛੋਟਾ ਜਵਾਰ ਪਾਟਾ ਆਏਗਾ। ਤੇ ਰਾਜੇ ਜੋ ਨਿਸ਼ਚਿਤ ਦਿਸ਼ਾ ਦੇ ਵਿੱਚ ਚੱਲਦੀ ਉਹਨੂੰ ਆਪਾਂ ਕੀ ਕਹਿੰਦੇ ਹਾਂ? ਆਪਾਂ ਤਾਰਾਵਾਂ, ਇੱਕ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਤਾਰਾ ਬੋਲਦੇ ਹਾਂ। ਤਾਂ ਰਾਜੇ ਇਹਦਾ ਤੁਸੀਂ ਆਨਸਰ ਦਿਓ, ਇਹਦਾ ਆਨਸਰ 9th ਨੰਬਰ ਦਾ ਕੀ ਰਹਿਣ ਵਾਲਾ ਹੈ? ਕਰੋ ਬੱਚੇ 9th ਨੰਬਰ। ਰਾਜੇ ਇਹਨੂੰ ਬੋਲਦੇ ਆ ਓਸ਼ਨ, ਸਮੁੰਦਰੀ ਕਰੰਟ, ਸਮੁੰਦਰੀ ਧਾਰਾਵਾਂ। ਦੇਖੋ ਬੱਚੇ, 9th ਦਾ ਆਨਸਰ ਆਪਣੇ ਕੋਲੇ ਇਹ ਹੈ, ਬਿਲਕੁਲ ਸਹੀ ਹੈ ਰਾਜੇ। ਵਾਟਰ ਟੌਪਿਕ ਤੋਂ ਦੋ ਕੁਐਸਚਨ, 6th ਕਲਾਸ ਦੇ ਸੋਲ ਮੰਡਲ ਟੌਪਿਕ ਤੋਂ ਦੋ ਕੁਐਸਚਨ, 7th ਕਲਾਸ ਦੇ ਇਨਵਾਇਰਮੈਂਟ ਟੌਪਿਕ ਤੋਂ ਇੱਕ ਕੁਐਸਚਨ ਹਜੇ ਤੱਕ ਆਪਣੇ ਕੋਲੇ ਹੋ ਚੁੱਕਿਆ ਰਾਜੇ। ਚਲੋ ਜੀ, ਸੈਕਿੰਡ ਆਪਣੇ 10 ਨੰਬਰ ਕੁਐਸਚਨ ਤੇ ਮੂਵ ਕਰਦੇ ਹਾਂ ਰਾਜੇ। 10 ਨੰਬਰ ਕੁਐਸਚਨ ਤੇ ਮੂਵ ਕਰਦੇ ਹਾਂ। ਦੇਖੋ ਰਾਜੇ, ਹੇਠ ਲਿਖਿਆ ਵਿੱਚੋਂ
ਕਿਹੜਾ ਮੇਲ ਨਹੀਂ ਖਾਂਦਾ? ਸਥਾਈ ਹਵਾਵਾਂ, ਮੌਸਮ ਹਵਾਵਾਂ, ਸਥਾਨਕ ਹਵਾਵਾਂ, ਚੱਕਰਵਾਤ ਹਵਾਵਾਂ, ਪੱਛਮੀ ਅਤੇ ਮਾਨਸੂਨ ਪੂਰਬੀ ਹਵਾਵਾਂ? ਬੱਚੇ ਇਹ ਕੁਐਸਚਨ ਸੇਮ ਟੂ ਸੇਮ ਤੁਹਾਡੇ ਨਾਲ ਵਾਟਰ, ਜਿਹੜਾ ਆਪਣੇ ਇਹ ਟੌਪਿਕ ਹੈ 7th ਕਲਾਸ ਦੀ NCERT ਦਾ, 7th ਕਲਾਸ ਦੀ NCERT ਦਾ ਰਾਜੇ ਟੌਪਿਕ ਹੈ ਆਪਣਾ ਕਿਹੜਾ ਹੈ ਏਅਰ। ਉਹਦੇ ਵਿੱਚ ਰਾਜੇ ਇੱਕ ਇੱਕ ਗੱਲ ਡਿਸਕਸ਼ਨ ਕੀਤੀ ਹੋਈ ਹੈ। ਦੱਸੋ ਰਾਜੇ, ਪਰਮਾਨੈਂਟ ਵਿੰਡ, ਸੀਜ਼ਨਲ ਵਿੰਡ, ਪਰਮਾਨੈਂਟ ਉਹ ਹਵਾਵਾਂ ਜਿਹੜੀਆਂ ਰਾਜੇ ਇੱਕ ਖਾਸ ਜਗ੍ਹਾ ਦੇ ਉੱਪਰ ਚੱਲਦੀਆਂ ਹਨ, ਅਤੇ ਰਾਜੇ ਜਿਨ੍ਹਾਂ ਦੀ ਨਿਸ਼ਚਿਤ ਦਿਸ਼ਾ ਹੈ, ਸਥਾਨਕ ਲੋਕਲ, ਲੋਕਲ ਵਿੰਡ, ਤੇ ਉਹ ਤੋਂ ਬਾਅਦ ਸਾਊਕਲਾਈਨ ਜਿਹੜਾ ਕੀ ਹੈ ਚੱਕਰਵਾਤ। ਰਾਜੇ ਇਹਨਾਂ ਸਾਰਿਆਂ ਦਾ ਤੁਸੀਂ ਮਿਲਨ ਕਰੋ। ਸ਼ਾਬਾਸ਼ ਬੱਚੇ, ਸ਼ਾਬਾਸ਼, ਵੈਰੀ ਗੁੱਡ। ਹਾਂਜੀ ਰਾਜੇ, ਕਰੋ ਇਹਦਾ ਆਂਸਰ ਕਰੋ ਰਾਜੇ। ਬਿਲਕੁਲ ਜੀ ਬਿਲਕੁਲ। ਦੇਖੋ ਰਾਜੇ, ਸਥਾਈ ਹਵਾਵਾਂ ਹੁੰਦੀਆਂ, ਵੈਸਟਰਨਸ ਹੈ, ਈਸਟਰਨ, ਇਹ ਦੱਸਿਆ ਸੀ ਤੁਹਾਨੂੰ। ਮੌਸਮੀ ਹੁੰਦੀਆਂ, ਜੋ ਭਾਰਤ ਵਿੱਚ ਮਾਨਸੂਨ ਹੈ, ਭਾਰਤ ਵਿੱਚ ਮਾਨਸੂਨ 15 ਜੂਨ ਮੱਧ ਜੂਨ ਨੂੰ ਆਏਗਾ ਰਾਜੇ, 15 ਜੂਨ ਮੱਧ ਜੂਨ ਨੂੰ ਆਏਗਾ। ਤੇ ਲੋਕਲ ਵਿੰਡ, ਲੈਂਡਸ ਹੈ ਸੀ ਬ੍ਰਿਜ, ਜ਼ਮੀਨੀ ਅਤੇ ਸਮੁੰਦਰੀ ਹਵਾਵਾਂ, ਜੋ ਦਿਨ ਦੇ ਸਮੇਂ ਰਾਜੇ ਧਰਤੀ ਤੋਂ ਸਮੁੰਦਰ ਵੱਲ, ਅਤੇ ਰਾਤ ਦੇ ਸਮੇਂ ਜਦੋਂ ਮੈਂ ਦੱਸਿਆ ਸੀ ਤਾਪਮਾਨ ਉਚਾਈ ਤੇ ਜਾਣ ਤੇ ਘਟੇਗਾ, ਵਾਯੂ ਦਾਬ ਉਚਾਈ ਤੇ ਜਾਣ ਤੇ ਘਟੇਗਾ। ਰਾਜੇ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਆਪਾਂ ਡਿਸਕਸ਼ਨ ਕੀਤੀ ਹੈ। ਉਚਾਈ ਨੂੰ ਕਿੱਥੋਂ ਮਾਪਿਆ ਜਾਂਦਾ? ਸਮੁੰਦਰੀ ਤਲ ਤੋਂ ਮਾਪਿਆ ਜਾਂਦਾ ਹੈ। ਓਕੇ ਡੀਅਰ, ਚਲੋ ਜੀ ਆਪਾਂ ਨੈਕਸਟ ਕੁਐਸਚਨ। ਤਾਂ ਰਾਜੇ ਡੀ ਦਾ ਕੀ ਆਏਗਾ? ਚੱਕਰਵਾਤ ਵੇਵ ਆਫ ਬੰਗਾਲ ਦੀ ਖਾੜੀ। ਰਾਜੇ ਵੇਵ ਆਫ ਬੰਗਾਲ, ਬੰਗਾਲ ਦੀ ਖਾੜੀ ਆਏਗਾ ਜਿਹੜਾ ਚੱਕਰਵਾਤ ਆ, ਹੁਣ ਕੀ ਆਏਗਾ ਬੰਗਾਲ ਦੀ ਖਾੜੀ ਰਾਜੇ, ਅਰਬ, ਜਿੱਥੇ ਆਪਣੇ ਕੀ ਹੈ ਇੱਕ ਸਾਈਡ ਅਰਬ ਸਾਗਰ, ਲਕਸ਼ਦੀਪ ਹੈ, ਬੰਗਾਲ ਦੀ ਖਾੜੀ, ਅੰਡੇਮਾਨ ਨਿਕੋਬਾਰ ਦੀਪ। ਤੇ ਰਾਜੇ ਇਹ ਆਪਸ਼ਨ ਤੁਹਾਡਾ ਬਿਲਕੁਲ ਸਹੀ ਆਂਸਰ ਹੈ, ਇਹ ਆਪਸ਼ਨ ਬਿਲਕੁਲ ਸਹੀ ਆਂਸਰ ਹੈ। ਵਾਯੂ ਮੰਡਲ ਦੀ ਕਿਹੜੀ ਪਰਤ ਵਿੱਚ? ਵਾਯੂ ਮੰਡਲ ਦੀ ਵਿੱਚ ਲੇਅਰ ਆਫ ਦਾ ਐਟਮੋਸਫੇਅਰ ਕੰਸਟੈਂਟ ਆਫ ਲਾਈਟ ਗੈਸ ਲਾਈਕ ਹੀਲੀਅਮ ਐਂਡ ਹਾਈਡਰੋਜਨ। ਰਾਜੇ ਯਾਦ ਕਰੋ ਇਹ ਟੌਪਿਕ NCERT 7th ਕਲਾਸ ਦਾ। ਰਾਜੇ ਦੋ ਕੁਐਸਚਨ ਲੈ ਗਿਆ, ਵਾਟਰ ਕਿੰਨੇ ਲੈ ਕੇ ਗਿਆ ਸੀਗਾ? ਵਾਟਰ ਵੀ ਦੋ ਕੁਐਸਚਨ ਲੈ ਕੇ ਗਿਆ ਸੀ ਰਾਜੇ, ਇਹ ਟੌਪਿਕ ਵੀ ਦੋ ਕੁਐਸਚਨ ਲੈ ਗਿਆ ਬੱਚੇ। ਸੋਲਰ ਸਿਸਟਮ 7th ਕਲਾਸ ਦਾ ਕਿੰਨੇ ਕੁਐਸਚਨ ਲੈ ਕੇ ਗਿਆ? ਦੋ ਲੈ ਗਿਆ। ਇਨਵਾਇਰਮੈਂਟ ਤੋਂ ਹਜੇ 7th ਕਲਾਸ ਦੇ ਇੱਕੋ ਆਇਆ ਸੀ ਰਾਜੇ, ਆਹ ਦੇਖ ਲਓ ਪੜ੍ਹਿਆ ਜਾਂ ਨਹੀਂ ਪੜ੍ਹਿਆ। ਐਕਸੋਸਫੇਅਰ, ਮੀਸੋਸਫੇਅਰ, ਥਰਮੋਸਫੇਅਰ, ਸਟ੍ਰੀਟੋਸਫੇਅਰ, ਦੱਸੋ ਰਾਜੇ ਹੁਣ ਕਿੱਥੇ ਹੈ ਜਿੱਥੇ ਹਾਈਡਰੋਜਨ ਤੇ ਹੀਲੀਅਮ ਹਲਕੀਆਂ ਗੈਸਾਂ ਹੁੰਦੀਆਂ, ਕਿਹੜੇ ਆਪਣੇ ਜਿਹੜਾ ਹੈਗਾ ਸਫੀਅਰ ਦੇ ਵਿੱਚ ਪਾਈਆਂ ਜਾਣਗੀਆਂ? ਪਿਆਰੇ ਬੱਚੋ ਇਹਦਾ ਆਂਸਰ ਕਰੋ। ਸ਼ਾਬਾਸ਼ ਬੱਚੇ, ਸ਼ਾਬਾਸ਼। ਹਾਂਜੀ, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਹਾਂਜੀ ਬੱਚੇ, ਸਾਰੇ ਬੱਚੇ ਇਹਦਾ ਆਂਸਰ ਕਰੋ। ਵਾਯੂਮੰਡਲ ਦੀ ਕਿਹੜੀ ਪਰਤ ਵਿੱਚ ਹੀਲੀਅਮ ਹਾਈਡਰੋਜਨ ਵਰਗੀਆਂ ਹਲਕੀਆਂ ਗੈਸਾਂ ਪਾਈਆਂ ਜਾਂਦੀਆਂ ਹਨ? ਸ਼ਾਬਾਸ਼ ਬੱਚੇ, ਸ਼ਾਬਾਸ਼, ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ, ਸ਼ਾਬਾਸ਼। ਹਾਂਜੀ, BA, CBA ਬੱਚੇ ਇਸ ਤਰ੍ਹਾਂ ਗੱਲ ਨਹੀਂ ਬਣੇਗੀ। ਸ਼ਾਬਾਸ਼ ਬੱਚੇ, ਸ਼ਾਬਾਸ਼। ਰਾਜੇ ਆਪਾਂ ਕੀ ਪੜਿਆ ਸੀਗਾ? ਐਕਸੋਸਫੇਅਰ, ਪਹਿਲਾ ਮੰਡਲ, ਸ਼ਾਤ ਮੰਡਲ, ਸਿਰਫ ਮੌਸਮੀ ਘਟਨਾਵਾਂ, ਦੂਜੇ ਦੇ ਵਿੱਚ ਹਵਾਈ ਜਹਾਜ਼ ਉਡਾਉਣ ਲਈ ਮਦਦ, ਤੀਜੇ ਦੇ ਵਿੱਚ ਰਾਜੇ ਕੀ ਹੈ ਉਲਕਾ ਪਿੰਡ ਜਿਹਦਾ ਸਮਤਾਪ ਮੰਡਲ, ਦੂਜਾ ਤੀਜਾ ਮੱਧ ਮੰਡਲ, ਤੀਜਾ ਐਨ ਮੰਡਲ, ਚੌਥਾ ਸੋਰੀ ਐਨ ਮੰਡਲ, ਪੰਜਵਾਂ ਬ੍ਰਹਿ ਮੰਡਲ ਰਾਜੇ ਐਕਸੋਸਫੇਅਰ, ਜਿੱਥੇ ਇਹ ਹਲਕੀਆਂ ਗੈਸਾਂ ਪਾਈਆਂ ਜਾਣਗੀਆਂ। ਇਹ ਆਪਸ਼ਨ ਬੱਚੇ ਤੁਹਾਡਾ ਜਮਾ ਸਹੀ ਆਂਸਰ ਹੈ।
ਜਮਾ ਸਹੀ ਆਂਸਰ ਹੈ। ਦੇਖੋ ਰਾਜੇ, ਸਲੈਸ਼ ਐਂਡ ਬਰਨ ਸੈਵਨਥ ਕਲਾਸ ਦਾ ਜਦੋਂ ਮੈਂ ਅਮੇਜ਼ਨ ਬੈਸਿਨ ਪੜਾਇਆ, ਮੈਂ ਉਦੋਂ ਵੀ ਦੱਸਿਆ ਕਿ ਅਮੇਜ਼ਨ ਬੈਸਿਨ ਸਭ ਤੋਂ ਵੱਡਾ ਬੈਸਿਨ ਹੈ। ਉੱਥੋਂ ਦੇ ਲੋਕ ਜਿਹੜੀ ਹੈ ਸਲੈਸ਼ ਐਂਡ ਬਰਨ ਖੇਤੀਬਾੜੀ ਕਰਦੇ ਸੀਗੇ। ਤੇ ਰਾਜੇ ਸਲੈਸ਼ ਐਂਡ ਬਰਨ ਖੇਤੀਬਾੜੀ ਦੇ ਵਿੱਚ ਜੰਗਲ ਦਾ ਇੱਕ ਟੁਕੜਾ ਪਹਿਲਾਂ ਕੱਟ ਕੇ ਜ਼ਮੀਨ ਨੂੰ ਸਾਫ਼ ਕੀਤਾ ਜਾਂਦਾ, ਫਿਰ ਉਹਨੂੰ ਸਾੜ ਦਿੱਤਾ ਜਾਂਦਾ, ਰਾਖ ਨੂੰ ਜ਼ਮੀਨ ਵਿੱਚ ਮਿਲਾ ਦਿੱਤਾ ਜਾਂਦਾ। ਜਦੋਂ ਫਿਰ ਇਸ ਤੇ ਖੇਤੀ ਕੀਤੀ ਜਾਂਦੀ ਹੈ, ਜਦੋਂ ਉਹ ਜ਼ਮੀਨ ਦੀ ਉਪਜਾਊਤਾ ਘੱਟ ਜਾਂਦੀ ਹੈ ਤਾਂ ਫਿਰ ਨਵਾਂ ਜੰਗਲ ਦਾ ਟੁਕੜਾ ਜਿਹੜਾ ਹੈਗਾ ਆਪਣਾ ਤਿਆਰ ਕੀਤਾ ਜਾਂਦਾ ਹੈ। ਕਰੋ ਬੱਚੇ ਇਹਦਾ ਆਂਸਰ ਕਰੋ ਇੱਕ ਵਾਰ, ਕਲਾਸ ਵਧੀਆ ਲੱਗ ਰਹੀ ਹੈ, ਅਗਰ ਵਧੀਆ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਤੁਹਾਨੂੰ ਜੋ ਪੜਾਇਆ ਤੁਹਾਡਾ ਇੱਕ ਹੌਸਲਾ ਵੱਧ ਰਿਹਾ ਹੈ ਕਿ ਸਰ ਨੇ ਜਿੱਦਾਂ ਪੋਲਿਟੀ ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਉਦਾਂ ਜੋਗਰਾਫੀ ਦੀ ਅੱਜ ਆਪਣੀ ਸ਼ੁਰੂਆਤ ਹੈ। ਡੀਅਰ ਸਟੂਡੈਂਟ, ਇੱਕ ਵਾਰ ਲਾਈਕ ਸ਼ੇਅਰ ਦਿਲੋਂ ਕਰ ਦਿਓ। ਹਰ ਇੱਕ ਬੱਚੇ ਦੇ ਮੋਬਾਈਲ ਤੇ ਇਸ ਵੀਡੀਓ ਦਾ ਸਟੇਟਸ ਹੋਣਾ ਚਾਹੀਦਾ ਹੈ। ਵੱਧ ਤੋਂ ਵੱਧ ਆਪਣੇ ਸਾਥੀਆਂ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓ ਰਾਜੇ। ਕੰਟੀਨਿਊ ਸੈਸ਼ਨ ਰਹਿਣਗੇ ਆਪਣੇ 6th ਕਲਾਸ ਤੋਂ ਸ਼ੁਰੂ ਕਰਕੇ। ਹਾਂਜੀ ਰਾਜੇ, 12 ਨੰਬਰ ਕੁਐਸਚਨ ਦਾ ਆਂਸਰ ਦਿਓ ਪਿਆਰੇ ਬੱਚੋ, 12 ਨੰਬਰ ਕੁਐਸਚਨ ਦਾ ਆਂਸਰ ਦਿਓ। ਇਹਨੂੰ ਕਿਹਾ ਜਾਂਦਾ ਸ਼ਿਫਟਿੰਗ ਕਾਸਟਿੰਗ। ਸ਼ਿਫਟਿੰਗ ਜਿਹੜਾ ਆਪਣੇ ਕਲਟੀਵੇਸ਼ਨ ਹੈ ਰਾਜੇ, ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸ਼ਿਫਟ ਹੋ ਗਏ ਰਾਜੇ, ਆਪਾਂ ਇਹਨੂੰ ਸਥਾਨ ਅੰਤਰਿਣ ਖੇਤੀ ਕਹਿੰਦੇ ਹਾਂ, ਜਿਹੜੀ ਸਥਾਨ ਬਦਲ ਬਦਲ ਕੇ ਕੀਤੀ ਜਾਂਦੀ ਹੈ। ਅਲੱਗ ਅਲੱਗ ਦੇਸ਼ਾਂ ਵਿੱਚ ਇਹਦੇ ਅਲੱਗ ਅਲੱਗ ਨਾਮ ਹੈ। ਮੈਂ ਤੁਹਾਨੂੰ 8th ਕਲਾਸ ਦੇ ਵਿੱਚ ਇਹ ਕੰਪਲੀਟ ਕਰਾਊਂਗਾ ਬੱਚੇ, ਕੰਪਲੀਟ ਕਰਾਊਂਗਾ ਰਾਜੇ, ਇਹ ਤੁਸੀਂ ਯਾਦ ਰੱਖਣਾ ਹੈ। ਚਲੋ ਜੀ, ਇਹਦਾ ਆਂਸਰ ਕੀ ਆਏਗਾ ਬੱਚੇ? ਸੀ ਆਪਸ਼ਨ ਬਿਲਕੁਲ ਕਰੈਕਟ ਹੈ, ਸੀ ਆਪਸ਼ਨ ਤੁਹਾਡਾ ਬਿਲਕੁਲ ਸਹੀ ਹੈ। ਹਾਂਜੀ, ਇੱਕ ਵਾਰ ਲਾਈਕ ਸ਼ੇਅਰ ਜ਼ਰੂਰ ਕਰਾ ਦਿਓ। ਵਿਸ਼ੇਸ਼ ਤੌਰ ਤੇ ਬਣਾਏ ਟੈਂਕਾਂ ਅਤੇ ਤਲਾਬਾਂ ਵਿੱਚ ਮਛਲੀਆਂ ਦੇ ਪ੍ਰਜਨਨ ਨੂੰ ਡੈਸ਼ ਕਿਹਾ ਜਾਂਦਾ, ਸੈਰੀਕਲਚਰ, ਵੈਟੀਕਲਚਰ, ਮੱਛੀ ਪਾਲਣ ਜਾਂ ਬਾਗਬਾਨੀ। ਦੱਸੋ ਰਾਜੇ ਇਹਦਾ ਕੀ ਆਂਸਰ ਆਏਗਾ? ਹਾਂਜੀ ਬੱਚੇ, ਕਰੋ ਆਂਸਰ, ਕਰੋ ਆਂਸਰ, ਕਰੋ ਸਾਰੇ ਬੱਚੇ ਆਂਸਰ ਕਰੋ। ਹਾਂਜੀ ਰਾਜੇ, ਦੱਸੋ ਰਾਜੇ, ਵਿਸ਼ੇਸ਼ ਤੌਰ ਤੇ ਬਣਾਏ ਗਏ ਟੈਂਕਾਂ ਅਤੇ ਤਲਾਬਾਂ ਵਿੱਚ, ਰਾਜੇ ਇੱਕ ਖੇਤ ਦੇ ਵਿੱਚ ਟੈਂਕ ਜਾਂ ਖੇਤ ਦੇ ਵਿੱਚ ਤਲਾਬ ਬਣਾਤਾ, ਇਸ ਤਲਾਬ ਦੇ ਵਿੱਚ ਮੱਛੀਆਂ ਪਾਲਣੀਆਂ ਨੇ, ਤਾਂ ਰਾਜੇ ਉਸ ਨੂੰ ਆਪਾਂ ਕੀ ਕਵਾਂਗੇ? ਕਰੋ 13 ਨੰਬਰ ਕੁਐਸਚਨ ਦਾ ਆਂਸਰ ਕਰੋ ਬੱਚੇ, ਉਹਨੂੰ ਆਪਾਂ ਕੀ ਕਵਾਂਗੇ ਰਾਜੇ? ਉਹਨੂੰ ਆਪਾਂ ਪੀਸੀ ਕਲਚਰ ਕਵਾਂਗੇ। ਪੀਸੀ ਕਲਚਰ ਕਾਹਦਾ ਹੁੰਦਾ ਹੈ ਰਾਜੇ? ਮੱਛੀ ਪਾਲਣ ਹੁੰਦਾ ਹੈ। ਪੀਸੀ ਕਲਚਰ ਜਿਹੜਾ ਕੀ ਹੈ ਆਪਣੇ ਕੋਲੇ? ਪੀਸੀ ਕਲਚਰ ਮੱਛੀ ਪਾਲਣ ਹੈ। ਸੈਰੀ ਕਲਚਰ ਰੇਸ਼ਮ ਦੀ ਖੇਤੀ ਨਾਲ ਸੰਬੰਧਿਤ ਹੈ। ਵਿਟੀ ਕਲਚਰ ਅੰਗੂਰ ਦੀ ਖੇਤੀ ਨਾਲ ਹੈ। ਹੋਰਟੀਕਲਚਰ ਜਿਹੜਾ ਬਾਗਵਾਨੀ ਨਾਲ ਸੰਬੰਧਿਤ ਹੈ ਬੱਚੇ। ਇਹ 8th ਕਲਾਸ ਦਾ ਚੈਪਟਰ ਨੰਬਰ 3 ਬਾਗ ਆਪਣੇ ਜਿਹੜਾ ਟੌਪਿਕ ਦਾ ਨਾਮ ਹੈ ਐਗਰੀਕਲਚਰ ਐਂਡ ਏ ਕਰੋਪਸ, ਫਸਲਾਂ ਅਤੇ ਖੇਤੀਬਾੜੀ ਟੌਪਿਕ ਦੇ ਵਿੱਚੋਂ ਆਇਆ ਹੋਇਆ ਕੁਐਸਚਨ ਹੈ। ਬੜੇ ਬਿਹਤਰੀਨ ਤਰੀਕੇ ਦੇ ਨਾਲ ਆਪਾਂ ਇਹਨੂੰ ਕਰਾਂਗੇ ਰਾਜੇ। ਓਕੇ ਜੀ, ਚਲੋ ਰਾਜੇ, PSTET 2024 ਰੈਪਿਡ ਬੈਚ ਹੈ। ਜਿਹੜੇ ਬੱਚੇ ਨੇ ਤਿਆਰੀ ਨਹੀਂ ਕੀਤੀ ਹੈ ਉਹ 17 ਅਕਤੂਬਰ 2024 ਵਾਲਾ ਬੈਚ ਜੁਆਇਨ ਕਰਕੇ ਕਰ ਸਕਦਾ। ਅਚੀਵਰ ਬੈਚ ਹੈ ਰਾਜੇ, ਜਿਹੜਾ ਰਿਕਾਰਡਿਡ ਕਲਾਸੀ ਜੀ ਦੇ ਵਿੱਚ, ਇਸ ਬੈਚ ਤੋਂ ਵੀ ਰਾਜੇ ਜਿਹੜੀ ਤੁਸੀਂ ਤਿਆਰੀ ਆਪਣੀ ਸ਼ੁਰੂ ਕਰ ਸਕਦੇ ਹੋ। ਉਹ ਵਿੱਚ ਅਮੰਗ ਦਾ ਫੋਲੋਇੰਗ ਆਰ ਆਪਣੇ, ਉਸ ਤੋਂ ਬਾਅਦ ਕੈਟਰੋਜੋਇਡ ਐਜ ਏ ਨੋਨ ਰਿਨਿਊਏਬਲ ਰਿਸਰਚ ਹੇਠਾਂ ਦਿੱਤਿਆਂ ਵਿੱਚੋਂ ਕਿਹਨਾਂ ਨੂੰ ਗੈਰ ਨਵਿਆਉਣ ਯੋਗ ਸਰੋਤਾਂ ਵਜੋਂ ਸ਼੍ਰੇਣੀ ਬੰਧ ਕੀਤਾ ਗਿਆ ਹੈ ਰਾਜੇ? ਗੈਰ ਨਵਿਆਉਣ ਯੋਗ ਦੋ ਤਰ੍ਹਾਂ ਦੇ ਹੁੰਦੇ ਆ ਸਾਧਨ। ਇੱਕ ਜਿਹੜੇ ਰਾਜੇ ਨਵਿਆਉਣ ਯੋਗ, ਜਿਹਨਾਂ ਨੂੰ ਆਪਾਂ ਨਵੀਨੀਕਰਨ ਵੀ ਬੋਲ ਦਿੰਦੇ ਹਾਂ, ਤੇ ਇੱਕ ਇਹ ਨਵਿਆਉਣ ਯੋਗ ਹੈ ਜਿਹਨਾਂ ਨੂੰ ਤਿਆਰ ਕੀਤਾ ਜਾ ਸਕਦਾ ਹੈ।
ਤੇ ਉਸ ਤੋਂ ਬਾਅਦ ਜਿਨ੍ਹਾਂ ਨੂੰ ਤਿਆਰ ਨਹੀਂ ਕੀਤਾ ਜਾ ਸਕਦਾ ਰਾਜੇ ਨਵਿਆਉਣ ਯੋਗ ਅਤੇ ਗੈਰ ਨਵਿਆਉਣ ਯੋਗ ਇਹਦਾ ਬੱਚੇ ਆਨਸਰ ਕਰੋ। ਸ਼ਾਬਾਸ਼ ਰਾਜੇ, ਹਾਂਜੀ ਵੈਰੀ ਗੁੱਡ, ਸ਼ਾਬਾਸ਼ ਰਾਜੇ। ਸੂਰਜੀ ਊਰਜਾ ਕੀ ਹੈ? ਨਵਿਆਉਣ ਯੋਗ ਹੈ। ਹਾਂਜੀ ਸੂਰਜੀ ਊਰਜਾ ਨਵਿਆਉਣ ਯੋਗ ਹੈ, ਸੋਰੀ। ਇਹ ਰਾਜੇ ਆਪਣੇ ਕੋਲ ਇਹਦੇ ਵਿੱਚ ਸੀ ਏ ਡੀ ਸੀ ਕੁਦਰਤੀ ਗੈਸ ਤੇ ਪੈਟਰੋਲੀਅਮ। ਹਾਂਜੀ ਇੱਕ ਮਿੰਟ ਰਾਜੇ, ਇੱਕ ਮਿੰਟ ਰੁਕਿਓ। ਸੂਰਜੀ ਊਰਜਾ, ਪੈਟਰੋਲੀਅਮ ਤੇ ਕੁਦਰਤੀ ਗੈਸ, ਬੀ ਸੀ ਨਹੀਂ ਹੈ। ਸੂਰਜੀ ਊਰਜਾ ਆਏਗਾ, ਕੁਦਰਤੀ ਗੈਸ, ਪੈਟਰੋਲੀਅਮ ਅਤੇ ਕੋਲਾ ਇਹ ਗੈਰ ਨਵਿਆਉਣ ਯੋਗ ਹੈ। ਓਕੇ ਬੀ ਅਤੇ ਸੀ ਆਏਗਾ ਰਾਜੇ, ਬੀ ਅਤੇ ਸੀ ਆਏਗਾ। ਡੀ ਆਪਸ਼ਨ ਹੈ ਬੀ ਅਤੇ ਸੀ ਰਾਜੇ, ਡੀ ਆਪਸ਼ਨ ਆਏਗਾ ਬੀ ਅਤੇ ਸੀ, ਸੋਰੀ ਇਹ ਨਹੀਂ ਆਏਗਾ, ਉਹਨੇ ਗੈਰ ਨਵਿਆਉਣ ਯੋਗ ਪੁੱਛਿਆ ਹੈ। ਓਕੇ ਰਾਜੇ ਗੈਰ ਨਵਿਆਉਣ ਯੋਗ ਡੀ ਆਪਸ਼ਨ ਤੁਹਾਡਾ ਬਿਲਕੁਲ ਸਹੀ ਹੈ। ਚਲੋ ਰਾਜੇ ਕੁਸਚਨ ਨੰਬਰ 15 ਤੇ 2023 12 ਮਾਰਚ 2023 ਵਾਲੇ ਪੇਪਰ ਦਾ ਲਾਸਟ ਕੁਸਚਨ ਹੈ। 12 ਮਾਰਚ 2023 ਵਾਲੇ ਪੇਪਰ ਦਾ ਲਾਸਟ ਕੁਸਚਨ ਹੈ ਬੱਚੇ। ਇਚ ਇਜ ਏ ਲੋਕੈਲਿਟੀ ਵਿੱਚ ਏ ਪੋਪੂਲੇਟ ਲਾਰਜਲੀ ਬਾਏ ਦਾ ਮੈਂਬਰ ਆਫ ਦਾ ਪਾਰਟੀਕੁਲਰ ਕਮਿਊਨਿਟੀ। ਇਹ ਇਲਾਕਾ ਹੈ ਜੋ ਕਿ ਇੱਕ ਖਾਸ ਭਾਈਚਾਰੇ ਦੇ ਮੈਂਬਰਾਂ ਦੁਆਰਾ 5-2 ਵਸਿਆ ਹੋਇਆ। ਗੈਟੋ ਆਦਿਵਾਸੀ ਘੱਟ ਗਿਣਤੀ ਇਹਨਾਂ ਵਿੱਚੋਂ ਕੋਈ ਨਹੀਂ। 15 ਨੰਬਰ ਕੁਸਚਨ ਦਾ ਆਨਸਰ ਕਰੋ ਰਾਜੇ, ਕਿਹੜਾ ਇਲਾਕਾ ਹੈ ਇਹ ਇਲਾਕਾ ਜਿਹੜਾ ਖਾਸ ਭਾਈਚਾਰੇ ਦੇ ਮੈਂਬਰਾਂ ਦੁਆਰਾ 5 ਤੋਂ ਵਸਿਆ ਹੋਇਆ ਹੈ, ਜਿਹੜਾ ਘੱਟ ਜਿਹੜੇ ਕਮਿਊਨਿਟੀ ਦੇ ਮੈਂਬਰਾਂ ਦੁਆਰਾ ਵਸਾਇਆ ਗਿਆ ਹੋਵੇ ਰਾਜੇ? ਇਹ ਤੁਹਾਡਾ ਕੁਸਚਨ 9th ਕਲਾਸ ਜਨਸੰਖਿਆ ਟੌਪਿਕ ਦੇ ਵਿੱਚੋਂ ਪੁੱਛਿਆ ਗਿਆ ਰਾਜੇ। 9th ਕਲਾਸ ਦੀ NCERT ਦੇ ਵਿੱਚੋਂ ਜਨਸੰਖਿਆ ਰਾਜੇ ਇਹਦਾ ਆਊਗਾ ਗੈਟੋ। ਓਕੇ ਰਾਜੇ ਇਹ ਆਪਸ਼ਨ ਬਿਲਕੁਲ ਕਰੈਕਟ ਆਂਸਰ ਹੈ, ਇਹ ਆਪਸ਼ਨ ਬਿਲਕੁਲ ਕਰੈਕਟ ਆਂਸਰ ਹੈ ਰਾਜੇ। ਇਹ ਜਿਹੜੇ ਸੀਗੇ ਆਪਣੇ ਕੁਸਚਨ ਜਿਹਦੇ ਵਿੱਚ 15 ਕੁਸਚਨ ਸੀ ਰਾਜੇ, ਮੈਂ ਤੁਹਾਡੇ ਨਾਲ ਡਿਸਕਸ਼ਨ ਕੀਤਾ ਇਹਨਾਂ 15 ਕੁਸਚਨਾਂ ਨੂੰ। ਅਗਰ ਕਲਾਸ ਵਧੀਆ ਲੱਗੀ ਹੋਵੇ ਤਾਂ ਰਾਜੇ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਸਾਥੀਆਂ ਨਾਲ। ਆਪਣਾ ਸੈਸ਼ਨ ਆ ਉਹ 30-30 ਕੁਸਚਨਾਂ ਦਾ ਰਿਹਾ ਕਰੂਗਾ ਬੱਚਿਓ, ਅਤੇ ਆਪਣੇ ਬਾਕੀਆਂ ਸਾਥੀਆਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ। ਅਤੇ ਡੀਅਰ ਸਟੂਡੈਂਟ, ਕੱਲ੍ਹ ਹੈ ਜੋ ਮੈਂ ਰਾਜੇ ਤੁਹਾਡੇ ਲਈ NCERT ਜੋਗ੍ਰਾਫੀ ਦਾ 30 ਅਪ੍ਰੈਲ ਵਾਲਾ ਪੇਪਰ ਹੈ ਉਹ ਡਿਸਕਸ ਕਰੂੰਗਾ, ਜਿਹੜਾ ਇਹ ਕੈਂਸਲ ਹੋ ਗਿਆ ਸੀ 12 ਮਾਰਚ ਵਾਲਾ, ਜਿਹਦੇ ਵਿੱਚ ਇੱਕ ਕੁਸਚਨ ਦੱਸਿਆ, ਉਹਦੇ ਵਿੱਚ ਵੀ ਇੱਕ ਕੁਸਚਨ ਦੱਸੂੰਗਾ ਰਾਜੇ। ਤਾਂ ਉਹ ਜਿਹੜਾ ਪੇਪਰ ਹੈ ਆਪਾਂ ਕੱਲ੍ਹ ਡਿਸਕਸ਼ਨ ਕਰਾਂਗੇ। ਤਾਂ ਰਾਜੇ ਕਲਾਸ ਨੂੰ ਵੱਧ ਤੋਂ ਵੱਧ ਜਿਹੜਾ ਲਾਈਕ ਸ਼ੇਅਰ ਕਰਿਆ ਜੇ ਆਪਣੇ ਸਾਥੀਆਂ ਦੇ ਨਾਲ। ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀਆਂ ਬਖਸ਼ੇ। ਧੰਨਵਾਦ ਡੀਅਰ ਸਟੂਡੈਂਟ ਜਿਹੜਾ ਤੁਸੀਂ ਇੰਨੀ ਦੇਰ ਸਾਥ ਬਣਾ ਕੇ ਰੱਖਿਆ।